ਫੋਨ ਕੀਤਾ ਕਿ ਥੋੜ੍ਹੀ ਚਿਰ ਤੱਕ ਆ ਰਿਹਾ ਬੰਦੇ ਕੀ ਨਾਂ ਤੁਹਾਡਾ? ਮੈਂ ਰਮੇਸ਼ ਕੁਮਾਰ। ਹਾਂਜੀ, ਕੀ ਗੱਲਬਾਤ ਹੋਈ? ਗੱਲਬਾਤ ਇਹ ਵੀ ਸਵੇਰੇ 4 ਵਜੇ ਟਾਈਮ ਸੀ, ਉਹਨਾਂ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਵੇਲੇ ਜਿਹਦੇ ਤੁਰ ਤੋੜਿਆ, ਜਿਹਦੇ ਆਵਾਜ਼ ਜਦੋਂ ਆਵਾਜ਼ ਆਈ ਹੈ, ਗੁਆਂਢੀ ਮੁੜਾ ਉਹਨੂੰ ਮੌਕੇ 'ਤੇ ਆਣ ਕੇ ਦੇਖਿਆ, ਉੱਪਰੋਂ ਕੋਠੇ ਤੋਂ ਟਾਰਚ ਮਾਰੀ ਹੈ ਮੋਬਾਈਲ ਦੀ, ਉਹ ਬੰਦੇ ਭੱਜ ਗਏ ਹੈ ਇੱਧਰ ਨੂੰ ਝਾੜੀਆਂ ਵਾਲੇ ਪਾਸੇ ਨੂੰ। 4 ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨ ਸੀ, ਬੱਤੀਆਂ ਬੰਦ ਸੀ, 4-5 ਕਾਗਜ਼ ਪਰਚੀਆਂ ਸੁੱਟਣੀਆਂ 5, ਉਹਦੇ 'ਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੈ। ਤੇ ਕਿਆ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਧਰ ਉਹ ਭੱਜੇ? ਚੱਕੀ ਬੈਂਕ ਕੈਂਟ ਪੈਂਦਾ। ਕੀ ਕੁਛ ਪੜਿਆ ਲਿਖਿਆ ਸੀਗਾ ਉਹਦੇ 'ਤੇ? ਲਿਖਿਆ ਪਾਕਿਸਤਾਨ ਜ਼ਿੰਦਾਬਾਦ। ਅਸੀਂ ਲਿਖੋ 4 ਦੇ ਕਾਇਲ ਤੇ ਕਾਇਲ ਦਿਖਾ ਮੈਨੂੰ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਮੈਨੂੰ ਜਾਣਕਾਰੀ ਮਿਲੀ ਸੀ ਅਰਲੀ ਮਾਰਨਿੰਗ ਕਿ ਇੱਥੇ ਕੋਈ ਸੰਦਿਗਧ ਦਿਖੇ ਗਏ ਹੈ, ਲਗਭਗ 3-4 ਲੋਕ। ਔਰ ਮੈਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਨਾ ਕਿ ਵੈਸੇ ਵੀ ਸਾਡਾ ਜੋ ਪੰਜਾਬ ਹੈ ਇਸ ਟਾਈਮ ਦਹਿਸ਼ਤ ਦੇ ਸਾਇਜ਼ ਦੇ ਵਿੱਚ ਜੀ ਰਿਹਾ, ਔਰ ਐਸੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ। ਪੁਲਿਸ ਆਪਣਾ ਕੰਮ ਕਰ ਰਹੀ ਹੈ, ਪਰ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨਾ, SSP ਸਾਹਿਬ ਅੱਗੇ, DC ਸਾਹਿਬ ਅੱਗੇ, ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਕਿ ਇਸ ਜਿਹੜੀ ਹੈ ਸਥਿਤੀ, ਭਿਆਨਕ ਸਥਿਤੀ ਜਿਹੜੀ ਪੈਦਾ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ, ਇਹਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏ। ਇੱਥੇ ਕੀ ਘਟਨਾ ਹੋਈ ਹੈ? ਇੱਥੇ ਜੀ ਇੱਕ ਕਾਰ ਸੀ, ਉਹਦਾ ਸ਼ੀਸ਼ਾ ਤੋੜਾ ਗਿਆ, ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ ਪਾਕਿਸਤਾਨ ਨੂੰ ਲੈ ਕੇ ਕੁਝ ਪੋਸਟਰ ਇੱਥੇ ਸੁੱਟੇ ਗਏ ਸੀ। ਇਹ ਸਿਰਫ ਇੱਕ ਦਹਿਸ਼ਤ ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਲ ਹੈਗੀ ਹੈ, ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ, ਸਾਡਾ ਦੇਸ਼ ਇਕੱਠਾ ਹੈ ਔਰ ਦਹਿਸ਼ਤਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਏਗੇ। ਕਿਆ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ? ਹਾਂਜੀ, ਇਹ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ ਔਰ ਉਹ ਜਾਂਚ ਕਰ ਰਹੀ ਹੈ ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਉਹ ਆਪਣਾ ਕੰਮ ਕਰ ਰਹੀ ਹੈ। ਯਾਨੀ ਕਿ ਪਾਕਿਸਤਾਨ ਜਿੰਦਾਬਾਦ ਨਾਲ ਕੀ ਹੈਗਾ ਸਾਰਾ ਮਾਮਲਾ ਜੀ? ਆਪਣੇ ਕੋਲ ਅਰਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ 4:30 ਨੂੰ ਕਿ ਢਾਕੀ ਦੇ ਏਰੀਏ 'ਚ ਇੱਕ ਇਨੋਵਾ ਕਾਰ ਹੈ ਅਤੇ ਉਹਦੇ ਸ਼ੀਸ਼ੇ ਕੁਛ ਤੋੜੇ ਗਏ ਹੈ, ਉਹਦੇ ਬਾਅਦ ਕੁਛ ਉੱਥੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਮਿਲਿਆ, ਜਿਹਦੇ ਬਾਅਦ ਆਪਾਂ ਮੌਕੇ 'ਤੇ ਉੱਥੇ ਗਏ ਸੀ, ਸਾਰਾ ਚੀਜ਼ਾਂ ਨੂੰ ਵੇਰੀਫਾਈ ਕੀਤਾ। ਉੱਥੇ ਜਿਹੜੀਆਂ ਸ਼ੱਕੀ ਲਿਟਰੇਚਰ ਸਲਿਪਸ ਵਗੈਰਾ ਕੁਛ ਪਈਆਂ ਹੋਈ ਸੀ ਉਹ ਪੜ੍ਹੀਆਂ ਆਪਾਂ, ਅਤੇ ਬਾਕੀ ਪੂਰੇ ਹਾਲਾਤ ਦਾ ਵੀ ਜਾਇਜ਼ਾ ਲਿਆ। ਇਹਦੇ 'ਚ ਮੈਂ ਕਹਿ ਦੇਣਾ ਚਾਹੁੰਦਾ ਕਿ ਵੀ ਸਭ ਤੋਂ ਪਹਿਲੇ ਤਾਂ ਕਿਸੇ ਨੂੰ ਕੋਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ, ਕਿਸੇ ਨੇ ਜਾਣਬੁੱਝ ਕੇ ਸ਼ਰਾਰਤ ਕੀਤੀ ਹੈ, ਇਹਨੂੰ ਆਪਾਂ ਵੇਰੀਫਾਈ ਕਰ ਰਹੇ। ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਸ਼ੱਕੀ ਗੱਲ ਹਾਲੇ ਸਾਹਮਣੇ ਨਹੀਂ ਆਈ ਹੈ, ਅਤੇ ਇਸ ਲਈ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰੂੰਗਾ ਕਿ ਬਿਲਕੁਲ ਪੈਨਿਕ ਨਾ ਕਰਨ, ਪੁਲਿਸ ਇਹਨੂੰ ਚੈੱਕ ਕਰ ਰਹੀ ਹੈ ਅਤੇ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ। ਮੇ ਬੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਇਨੋਵਾ ਜਿਹੜੀ ਪਿਛਲੇ 2-3 ਮਹੀਨੇ ਤੋਂ ਲਗਾਤਾਰ ਉੱਥੇ ਲੱਗ ਰਹੀ ਹੈ, ਉਹਨੂੰ ਲੈ ਕੇ ਕੋਈ ਹੋਰ ਗੱਲ ਨਾ ਹੋਵੇ, ਹੈ ਨਾ। ਅਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰ ਰਹੇ ਹਾਂ, ਬਾਕੀ ਇਹਦੇ 'ਚ ਪੈਨਿਕ ਕਰਨ ਦੀ ਬਿਲਕੁਲ ਵੀ ਕੋਈ ਲੋੜ ਨਹੀਂ, ਅਤੇ ਇਹ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਹੈ ਜਿਹਨੂੰ ਆਪਾਂ ਜਲਦੀ ਸੱਚ ਦਾ ਜਾਣ ਲਵਾਂਗੇ। ਚੀਨੀ ਫੋਟੋ ਤੋਂ ਲੈ ਗਿਆ ਮੁੰਡਾ ਚੁੱਕ ਉਹਦੇ ਕੋਲ ਲਿਆ, ਅਤੇ ਦੋ ਇੱਥੇ ਪਏ ਜੀ,
ਉੱਥੇ ਲਿਖਿਆ ਸੀ ਪਾਕਿਸਤਾਨ ਜਿੰਦਾਬਾਦ। अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें। अगर आप Facebook पर ये वीडियो देख रहे हैं तो हमारे पेज को लाइक करें।